ਤੁਹਾਨੂੰ ਡੈਰੀ ਫਾਰਮ ਕਿਉਂ ਨਹੀਂ ਸਟਾਰਟ ਕਰਨਾ ਚਾਹੀਦਾ ਵਾਈ ਯੂ ਸ਼ੁਡ ਨੋਟ ਸਟਾਰਟ ਡੈਰੀ ਫਾਰਮ ਮੈਂ ਨਾ ਪਿਛਲੀ ਵੀਡੀਓ ਬਣਾਈ ਸੀ ਵੀ ਪੰਜ ਰੀਜਨਸ ਤੁਹਾਨੂੰ ਡੈਰੀ ਫਾਰਮ ਕਿਉਂ ਸਟਾਰਟ ਕਰਨਾ ਚਾਹੀਦਾ ਤੇ ਉਹ ਵੀਡੀਓ ਚ ਮੈਂ ਕਿਹਾ ਸੀਗਾ ਵੀ ਅਗਲੀ ਵੀਡੀਓ ਮੈਂ ਬਣਾਉਂਗਾ ਵੀ ਤੁਹਾਨੂੰ ਡੈਰੀ ਫਾਰਮ ਕਿਉਂ ਨਹੀਂ ਸਟਾਰਟ ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਨਾ ਇਹਦੀ ਦੋਨੋਂ ਸਾਈਡ ਪਤਾ ਲੱਗੇ ਤੁਹਾਨੂੰ ਇਹ ਨਾ ਹੋਵੇ ਯਾਰ ਇੱਥੇ ਤਾਂ ਬਹੁਤ ਪੈਸਾ ਹੈ ਤਾਂ ਬਹੁਤ ਆਪਰਚੂਨਿਟੀ ਹੈ ਠੀਕ ਆ ਜਦ ਆਪਾਂ ਨਾ ਮਤਲਬ ਵੀ ਸਿੱਕੇ ਦੇ ਸਿਰਫ ਇੱਕ ਸਾਈਡ ਨੂੰ ਦੇਖ ਕੇ ਕੰਮ ਸਟਾਰਟ ਕਰਦੇ ਆ ਤਾਂ ਜਦ ਆਪਾਂ ਨੂੰ ਦੂਜੀ ਸਾਈਡ ਦੇਖਦੀ ਆ ਫਿਰ ਆਪਾਂ ਬਹੁਤ ਡਿਸਪਾਇੰਟ ਹੁੰਦੇ ਆ ਤੇ ਮੈਨੂੰ ਵੀ ਪਹਿਲੀ ਸਿਰਫ ਇੱਕ ਸਾਈਡ ਪਤਾ ਹੁੰਦੀ ਸੀਗੀ ਠੀਕ ਆ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਸ ਇੰਨਾ ਕ ਦੱਸਿਆ ਸੀਗਾ ਵੀ ਇੱਕ ਮਹੀਨੇ ਦਿਨ ਦਾ 10 ਕਿਲੋ ਦੁੱਧ ਦਿੰਦੀ ਆ 1 ਕਿਲੋ ਦਾ ਰੇਟ 50 ਰੁਪਏ ਲੱਗਦਾ ਤਾਂ ਮੈਂ ਕੈਲਕੂਲੇਸ਼ਨ ਕੀਤੀ ਵੀ ਇੱਕ ਮਹੀਨੇ ਦਿਨ ਦਾ ਆਪਾਂ ਨੂੰ ਮਤਲਬ ਵੀ 500 ਰੁਪਏ ਕਮਾ ਕੇ ਦਊਗੀ ਕਿਉਂਕਿ ਐਵਰੇਜ 10 ਲੀਟਰ ਦੀ ਮੈਸ ਹੁੰਦੀ ਆ ਠੀਕ ਆ ਐਵਰੇਜ ਜੇ ਆਪਾਂ ਫਾਰਮ ਦੀ ਲਗਾਈਏ ਕੋਈ 15 ਦੀ ਹੋਊ ਕੋਈ 20 ਦੀ ਤਾ ਮਤਲਬ ਵੀ ਮੈਂ ਹਿਸਾਬ ਲਗਾ ਕੇ ਦੇਖਿਆ ਵੀ 500 ਰੁਪਿਆ ਇੱਕ ਮਹੀਨਾ ਕਮਾ ਕੇ ਦਊਗੀ 10 ਮਹੀਨਾ 5000 ਰੁਪਏ ਦੇਣ ਦਾ 100 ਮਹੀਨਾ 50000 ਰੁਪਏ ਦੇਣ ਦਾ ਵੀ ਕਿਆ ਬਾਤ ਹੈ ਇਹ ਤਾਂ ਬਿਜ਼ਨਸ ਹੀ ਬਹੁਤ ਵਧੀਆ ਠੀਕ ਹੈ ਤਾਂ ਮੈਂ ਪਿਛਲੀ ਵੀਡੀਓ ਚ ਕਿਹਾ ਸੀਗਾ ਵੀ ਮੈਂ ਅਗਲੀ ਵੀਡੀਓ ਚ ਇਹ ਦੱਸੂਗਾ ਵੀ ਤੁਹਾਨੂੰ ਕਿਉਂ ਨਹੀਂ ਕਰਨਾ ਚਾਹੀਦਾ ਡੇਰੀ ਫਾਰਮ ਸਟਾਰਟ ਦੇਖੋ ਮੇਰਾ ਬਿਜ਼ਨਸ ਆ ਡੇਰੀ ਫਾਰਮਿੰਗ ਠੀਕ ਹੈ ਮੈਨੂੰ ਬਹੁਤ ਵਧੀਆ ਲੱਗਦਾ ਤੇ ਮੇਰੇ ਹਿਸਾਬ ਨਾਲ ਇਹ ਮਤਲਬ ਵੀ ਦੁਨੀਆ ਦਾ ਸਭ ਤੋਂ ਬੈਸਟ ਬਿਜ਼ਨਸ ਆ ਠੀਕ ਹੈ ਨਾ ਤਾਂ ਮੈਂ ਬਾਇਸਡ ਹੋ ਸਕਦਾ ਬਟ ਮੈਂ ਇਹ ਨਹੀਂ ਚਾਹੁੰਦਾ ਵੀ ਜੇ ਤੁਸੀਂ ਕੰਮ ਹਲੇ ਸਟਾਰਟ ਨਹੀਂ ਕੀਤਾ ਠੀਕ ਆ ਤਾਂ ਤੁਸੀਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਝੂਠੀਆਂ ਉਮੀਦਾਂ ਹੋਣ ਕਿ ਬਹੁਤ ਛੇਤੀ ਕਰੋੜਪਤੀ ਬਣ ਜਾਊਂਗੀ ਕੰਮ ਵਿੱਚ ਬਹੁਤ ਸੌਖਾ ਕੰਮ ਹੈ ਇਹ ਕੋਈ ਸ਼ੋਰ ਆ ਤਾਂ ਤੁਹਾਨੂੰ ਮਤਲਬ ਵੀ ਇਹਦੀ ਦੋਨੋਂ ਸਾਈਡਾਂ ਪਤਾ ਹੋਣਾ ਮੈਨੂੰ ਹੁਣ ਮੈਨੂੰ ਦੋਨੋਂ ਸਾਈਡਾਂ ਪਤਾ ਨੇ ਮੈਨੂੰ ਫਿਰ ਵੀ ਇਹ ਕੰਮ ਵਧੀਆ ਲੱਗਦਾ ਠੀਕ ਆ ਕਿਉਂਕਿ ਪ੍ਰੋਬਲਮਸ ਕਿਹੜੇ ਬਿਜ਼ਨਸ 'ਚ ਨਹੀਂ ਹੁੰਦੀਆਂ ਸਾਰੇ ਮਤਲਬ ਵੀ ਬਿਜ਼ਨੈਸਿਸ 'ਚ ਕੋਈ ਨਾ ਕੋਈ ਪ੍ਰੋਬਲਮਸ ਹੁੰਦੀਆਂ ਨੇ ਤਾਂ ਇਹ ਤਾਂ ਆਮ ਜੀ ਗੱਲ ਆ ਠੀਕ ਆ ਬਟ ਇਹ ਬਿਜ਼ਨਸ ਚ ਕੀ ਪ੍ਰੋਬਲਮਸ ਨੇ ਕੀ ਵਜਾਵਾਂ ਨੇ ਕੀ ਚੀਜ਼ਾਂ ਨੇ ਜਿਹੜੀਆਂ ਮਤਲਬ ਵੀ ਮੈਂ ਫੇਸ ਕੀਤੀਆਂ ਸੀਗੀਆਂ ਪ੍ਰੋਬਲਮਸ ਤਾਂ ਉਹ ਤੁਹਾਡੇ ਨਾਲ ਹੁਣ ਮਤਲਬ ਵੀ ਇਹ ਵੀਡੀਓ ਚ ਮੈਂ ਸਾਂਝੀਆਂ ਕਰਦਾ ਵੀ ਤੁਹਾਨੂੰ ਡੈਰੀ ਫਾਰਮ ਕਿਉਂ ਨਹੀਂ ਸਟਾਰਟ ਕਰਨਾ ਚਾਹੀਦਾ ਪਹਿਲੀ ਗੱਲ ਡੈਰੀ ਫਾਰਮਿੰਗ ਦੀ ਜਰਨੀ ਥੋੜੀ ਜੇਬ ਚੋਂ ਪੈਸੇ ਲਗਾਉਣ ਤੋਂ ਸਟਾਰਟ ਹੋਊਗੀ ਤੇ ਇਹ ਜੇਬ ਚੋਂ ਪੈਸੇ ਤੁਹਾਨੂੰ ਕਾਫੀ ਟਾਈਮ ਲਗਾਉਣੇ ਪੈਣੇ ਨੇ ਜੇ ਤੁਸੀਂ ਇਹਨੂੰ ਗਰੋ ਕਰਨਾ ਚਾਹੁੰਦੇ ਹੋ ਐਗਜ਼ਾਮਪਲ ਦਿੰਨਾ ਲੱਖ ਰੁਪਏ ਲਈ ਆਪਾਂ ਮੈਸ ਲੈ ਕੇ ਆਏ ਠੀਕ ਆ ਆਪਾਂ ਇੱਕ ਮੈਸ ਦਾ ਇੰਨਾ ਦੁੱਧ ਨਹੀਂ ਵੇਚ ਸਕਦੇ ਵੀ ਆਪਾਂ ਨੂੰ ਦੂਜੀ ਮੈਸ ਵੀ ਲੈ ਕੇ ਦੇ ਦੋਵੇ ਠੀਕ ਆ ਤਾਂ ਦੂਜੀ ਮੈਸ ਵੀ ਆਪਾਂ ਨੂੰ ਆਪਣੀ ਜੇਬ ਚੋਂ ਹੀ ਲੈ ਕੇ ਆਣੀ ਪਊਗੀ ਤੀਜੀ ਮੈਸ ਵੀ ਆਪਾਂ ਨੂੰ ਆਪਣੀ ਜੇਬ ਚੋਂ ਹੀ ਲੈ ਕੇ ਆਣੀ ਪਊਗੀ ਚੌਥੀ ਵੀ ਆਪਾਂ ਨੂੰ ਆਪਣੀ ਜੇਬ ਚੋਂ ਲੈ ਕੇ ਆਣੀ ਪਊਗੀ ਪੰਜਵੀਂ ਵੀ ਆਪਾਂ ਨੂੰ ਆਪਣੀ ਜੇਬ ਚੋਂ ਲੈ ਕੇ ਆਣੀ ਪਊਗੀ ਥੋੜਾ ਜਿਹਾ ਟਾਈਮ ਬਾਅਦ ਜਾ ਕੇ ਜਾਂ ਥੋੜੇ ਪਸ਼ੂ ਜ਼ਿਆਦਾ ਹੋ ਗਏ ਦੁੱਧ ਜ਼ਿਆਦਾ ਹੋ ਗਿਆ ਰੇਟ ਜ਼ਿਆਦਾ ਲੱਗਣ ਲੱਗ ਗਿਆ ਉਹ ਤੋਂ ਬਾਅਦ ਜਾ ਕੇ ਆਪਾਂ ਨੂੰ ਮਤਲਬ ਵੀ ਕਰੋਤ ਇਹ ਕਰੂਗੀ ਆਪੇ ਠੀਕ ਆ ਤਾਂ ਆਪਾਂ 2020 ਵਿੱਚ ਮਤਲਬ ਵੀ ਡੇਰੀ ਫਾਰਮਿੰਗ ਦਾ ਕੰਮ ਸਟਾਰਟ ਕੀਤਾ ਸੀ 2023 ਆ ਗਿਆ ਆਪਣੇ ਕੋਲ ਤੇ ਹਲੇ ਵੀ ਆਪਾਂ ਜੇਬ ਚੋਂ ਪੈਸੇ ਲਗਾ ਰਹੇ ਹਾਂ ਠੀਕ ਆ ਵੀ ਹਲੇ ਵੀ ਇਹਨੂੰ ਗਰੋਅ ਕਰਨ ਵਾਸਤੇ ਮੈਸਾਂ ਵਧਾਉਣ ਵਾਸਤੇ ਹੋਰ ਕਰਨ ਵਾਸਤੇ ਆਪਣੇ ਜੇਬ ਚੋਂ ਪੈਸੇ ਲਾ ਰਹੇ ਨੇ ਤਾਂ ਜੇ ਤੁਸੀਂ ਇਹਨੂੰ ਆਪਣਾ ਪ੍ਰਾਇਮਰੀ ਸੋਰਸ ਆਫ ਇਨਕਮ ਬਣਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਇਹ ਤੋਂ ਇਲਾਵਾ ਕੋਈ ਹੋਰ ਮਤਲਬ ਵੀ ਇਨਕਮ ਦਾ ਸੋਰਸ ਨਹੀਂ ਹੈਗਾ ਜਿਸ ਨਾਲ ਤੁਹਾਡਾ ਘਰ ਚੱਲ ਸਕੇ ਆ ਇਹਦੀ ਗਰੋਥ ਹੋ ਸਕੇ ਤਾਂ ਥੋੜਾ ਸੋਚਿਓ ਵੀ ਇਹਨੂੰ ਗਰੋਅ ਤੁਸੀਂ ਕਿਵੇਂ ਕਰੋਗੇ ਠੀਕ ਆ ਤਾਂ ਪਹਿਲਾ ਰੀਜ਼ਨ ਇਹ ਹੈ ਆ ਵਿੱਚ ਇਹ ਤੁਸੀਂ ਸੋਚਦੇ ਹੋ ਵੀ ਸਾਰਾ ਪੈਸਾ ਮੈਂ ਇਹ ਚ ਲਗਾ ਦੂੰਗਾ ਠੀਕ ਆ ਤੇ ਉਹਦੇ ਨਾਲ ਮਤਲਬ ਵੀ ਮੈਂ ਇਹਨੂੰ ਗਰੋ ਵੀ ਕਰ ਲੂੰਗਾ ਘਰ ਵੀ ਚਲਾ ਲੂੰਗਾ ਖਰਚੇ ਵੀ ਕੱਢ ਲੂੰਗਾ ਸਭ ਕੁਝ ਕਰ ਲੂੰਗਾ ਕੋਈ ਚੀਜ਼ ਨਹੀਂ ਹੋਣੀ ਹੈਗੀ ਹਾਂ ਜਾਂ ਤੁਸੀਂ ਮੈਂ ਇਸ ਲੈ ਕੇ ਆ ਗਏ ਉਹ ਜਿੰਨਾ ਕਿ ਦੁੱਧ ਦੇਵੋਗੇ ਉਹ ਚੋਂ ਆਪਣਾ ਖਰਚਾ ਕੱਢ ਕੇ ਤੁਹਾਨੂੰ ਕੁਝ ਬਚਾ ਕੇ ਹੀ ਦੇਵੋਗੇ ਠੀਕ ਆ ਬਟ ਆਇਨਾ ਸੋਚਿਓ ਵੀ ਮੈਂ ਤੁਹਾਨੂੰ ਥੋੜਾ ਲੱਖ ਰੁਪਿਆ ਵੀ ਮੋੜ ਦਊਗੀ ਅਗਲੀ ਮੈਂ ਇਸ ਵੀ ਪਾ ਦਊਗੀ ਖਰਚੇ ਵੀ ਕੱਢ ਲੂਗੀ ਥੋੜਾ ਘਰ ਵੀ ਚਲਾ ਦਊਗੀ ਇਹ ਕੰਮ ਨਹੀਂ ਹੋਣਾ ਥੋੜਾ ਯਾ ਮਤਲਬ ਇਹਨੂੰ ਗਰੋ ਕਰਨ ਵਾਸਤੇ ਟਾਈਮ ਦੇਣਾ ਪੈਣਾ ਲਾਈਕ ਬੱਚਾ ਇਹ ਠੀਕ ਹੈ ਨਾ ਹੁਣ ਆਪਾਂ ਛੋਟੇ ਬੱਚੇ ਨੂੰ ਜੰਮਦੇ ਬੱਚੇ ਨੂੰ ਹੀ ਥੋੜਾ ਨਾ ਕਹਿਣ ਲੱਗ ਜੁੰਦੇ ਆ ਵੀ ਅੱਜ ਕੱਲ ਤੂੰ ਜੰਮਿਆ ਅੱਜ ਤੂੰ ਮੈਨੂੰ ਕਮਾ ਕੇ ਦੇ ਸੇਮ ਹਰ ਬਿਜ਼ਨਸ ਨੂੰ ਬੱਚੇ ਵਾਂਗ ਪਾਲਣਾ ਪੈਂਦਾ ਬੱਚੇ ਵਾਂਗ ਉਹਦੀ ਪਰਵਰਿਸ਼ ਕਰਨੀ ਪੈਂਦੀ ਹੈ ਇਹ ਵੀ ਕੋਈ ਡਿਫਰੈਂਟ ਨਹੀਂ ਹੈਗਾ ਇਹਨੂੰ ਵੀ ਬੱਚੇ ਵਾਂਗ ਪਾਲਣਾ ਪੈਂਦਾ ਬੜਾ ਕਰਨਾ ਪੈਂਦਾ ਥੋੜਾ ਜਿਆਦਾ ਇਹ ਬੜਾ ਹੋ ਗਿਆ ਬਿਜ਼ਨਸ ਫੇਰ ਇਹ ਇੰਨਾ ਕੁ ਬੜਾ ਹੋ ਜਾਂਦਾ ਵੀ ਇਹ ਆਪਣੀ ਗਰੋਥ ਵੀ ਆਪ ਕਰ ਸਕੇ ਤੇ ਆਪਾਂ ਨੂੰ ਵੀ ਖਵਾ ਸਕੇ ਠੀਕ ਹੈ ਜੀ ਤਾਂ ਇਹ ਦੂਜੀ ਚੀਜ਼ ਇੱਥੇ ਪ੍ਰੋਬਲਮਸ ਬਹੁਤ ਨੇ ਪ੍ਰੋਬਲਮਸ ਮੇਨ ਕੀ ਆਂਦੀਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਖਾਣਾ ਪੀਣਾ ਠੀਕ ਆ ਹੁਣ ਜਿੰਨੇ ਪਸ਼ੂ ਹੋਣਗੇ ਓਨੀ ਇਹਨਾਂ ਦੀ ਡਾਈਟ ਜ਼ਿਆਦਾ ਚਾਹੀਦੀ ਹੋਊਗੀ ਤੇ ਉਹਨਾਂ ਇਹਨਾਂ ਨੂੰ ਹਰਾਚਾਰਾ ਜ਼ਿਆਦਾ ਚਾਹੀਦਾ ਹੋਊਗਾ ਤੂੜੀ ਜ਼ਿਆਦਾ ਚਾਹੀਦੀ ਹੋਊਗੀ ਫੀਡ ਵਗੈਰਾ ਜ਼ਿਆਦਾ ਚਾਹੀਦੀ ਹੋਊਗੀ ਤਾਂ ਇਹਨਾਂ ਦਾ ਖਾਣ ਪੀਣ ਦਾ ਖਰਚਾ ਬਹੁਤ ਆ ਤਾਂ ਜੇ ਤੁਹਾਡੇ ਕੋਲ ਆਪਣੀ ਖੇਤੀ ਹੈਗੀ ਆ ਠੀਕ ਆ ਤਾਂ ਮਤਲਬੀ ਅਪਾ ਅੰਦਾਜ਼ਾ ਲਗਾ ਕੇ ਚੱਲੋ ਵੀ 1 ਕਿੱਲੇ ਚੋਂ 10 ਮਹੀਨਿਆਂ ਦੇ ਸਾਲ ਦਾ ਹਰਾ ਨਿਕਲ ਜਾਂਦਾ ਠੀਕ ਆ 10 ਮਹੀਨਿਆਂ ਵਾਸਤੇ 1 ਕਿੱਲੇ ਦਾ ਹਰਾ ਚਾਹੀਦਾ ਤੁਹਾਨੂੰ ਸਾਲ ਵਾਸਤੇ ਐਵਰੇਜ ਘਟ ਵੱਧ ਹੋ ਸਕਦਾ ਠੀਕ ਆ ਤਾਂ ਦਾਸ ਪਸ਼ੂ ਵਾਸਤੇ ਕਿ ਕਿੱਲਾ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਜੇ ਤੁਸੀਂ ਸੌਪਸ਼ੂ ਕਰਨੇ ਨੇ ਤਾਂ ਦਾਸ ਕਿੱਲੇ ਜਾਂਦਾ ਖਰਾ ਹੋਣਾ ਜ਼ਰੂਰੀ ਆ ਜੇ ਤੁਸੀਂ ਅਚਾਰ ਵਗੈਰ ਤੇ ਚੱਲ ਜੰਨੇ ਹੋ ਅਚਾਰ ਪਾਣ ਲੱਜੰਨੇ ਹੋਰ ਕਰਨ ਲੱਜੰਨੇ ਫਿਰ ਤੁਹਾਨੂੰ ਹਰੇ ਚਾਰੇ ਦੀ ਲੋਡ ਘਟ ਪੈਂਦੀ ਆ ਕਿਉਂਕਿ ਤੁਸੀਂ ਮਤਲਬ ਹੀ ਇਕੱਠੀ ਫਸਲ ਅਚਾਰ ਚ ਪਾ ਲੰਨੇ ਹੋ ਬੜ ਜੇ ਤੁਸੀਂ ਸੀਜ਼ਨਲ ਖਰਾ ਝਾਰਾ ਚਲਾਣਾ ਸਭ ਕੁਝ ਕਰਨਾ ਤਾਂ ਤੁਹਾਨੂੰ ਮਤਲਬ ਹੀ ਚਾਹੀਦਾ ਹੋਊਗਾ ਉਹ ਤੋਂ ਬਾਅਦ ਤੋੜੀ ਬਹੁਤ ਲੱਗਦੀ ਆ ਉਹ ਤੋਂ ਬਾਅਦ ਫੀਡ ਬਹੁਤ ਲੱਗਦੀ ਆ ਸਭ ਕੁਝ ਲੱਗਦਾ ਤਾਂ ਇਹਦੇ ਖਰਚੇ ਡੇਲੀ ਦੇ ਖਰਚੇ ਵੀ ਨੇ ਬਹੁਤ ਜੇ ਡੇਲੀ ਦੀ ਇਨਕਮ ਆ ਤਾਂ ਡੇਲੀ ਦੇ ਖਰਚੇ ਵੀ ਹੋਗੇ ਨੇ ਠੀਕ ਆ ਜੀ ਤਾਂ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਤੁਸੀਂ ਖਰਚੇ ਦੇ ਕਦੇ ਰੋਕ ਲੋਗੇ ਠੀਕ ਆ ਮੈਂ ਇਸ ਦੁੱਧ ਦਵੇ ਨਾ ਦਵੇ ਉਹਨੇ ਖਾਣਾ ਠੀਕ ਆ ਪਾਂ ਵੀ ਉਹ ਮਤਲਬ ਵੀ ਦੁੱਧ ਦੇ ਰਹੀ ਹੋਵੇ ਜਾਂ ਡਰਾਈ ਪੀਰੀਅਡ 'ਚ ਹੋਵੇ ਉਹਦਾ ਖਰਚਾ ਆਊਗਾ ਹੀ ਆਊਗਾ ਉਹਨੇ ਹਰਾਚਾਰਾ ਖਾਣਾ ਹੀ ਖਾਣਾ ਉਹਨੇ ਤੂੜੀ ਖਾਣੀ ਖਾਣੀ ਆ ਤੁਸੀਂ ਫੀਡ ਘੱਟ ਕਰ ਲਓਗੇ ਜਦੋਂ ਡਰਾਈ 'ਚ ਜਾਊਗੀ ਬਟ ਤੁਸੀਂ ਉਹ ਦੂਜੀਆਂ ਚੀਜ਼ਾਂ ਨਹੀਂ ਘੱਟ ਕਰ ਸਕਦੇ ਠੀਕ ਆ ਤਾਂ ਉਹਦਾ ਹਿਸਾਬ ਲਾ ਕੇ ਚੱਲਦੇ ਹੋ ਕਿਉਂਕਿ ਜਦ ਅਸੀਂ ਇੱਕਦਮ ਪਸ਼ੂ ਵਧਾਏ ਸੀਗੇ ਨਾ ਕੁਝ ਕਟੀਆਂ ਵਿੱਚ ਰਲ ਗਈਆਂ ਸੀਗੀਆਂ ਕੁਝ ਮਤਲਬ ਮੈਸਾ ਹੋਰ ਲੈ ਲਈਆਂ ਸੀ ਹੋਰ ਲੈ ਲਈਆਂ ਸੀ ਤਾਂ ਹਰੇ ਦੀ ਪ੍ਰੋਬਲਮ ਆਉਣ ਲੱਗ ਗਈ ਸੀ ਸਾਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਇੰਨੀ ਮੈਸਾ ਵਸਤੇ ਕਿੰਨਾ ਖਰਚਾ ਲੱਗੂਗਾ ਕਦੇ ਘਟ ਜਾਂਦਾ ਸੀਗਾ ਕਦੇ ਵਧ ਜਾਂਦਾ ਸੀਗਾ ਕਦੇ ਹੋਇਆ ਕਿਉਂਕਿ ਖੇਤੀ ਆਪਦੀ ਸੀਗੀ ਤਾਂ ਕਰਕੇ ਥੋੜਾ ਮੈਨੇਜ ਹੋ ਗਿਆ ਜੇ ਹਰਾਚਾਰਾ ਖਰੀਦਣਾ ਪੈਂਦਾ ਤੁਹਾਡੇ ਕੋਲ ਖੇਤੀ ਨਹੀਂ ਹੈਗੀ ਫੀਡ ਵੀ ਖਰੀਦਣੀ ਪੈਰੀ ਆ ਤੂੜੀ ਵੀ ਖਰੀਦਣੀ ਪੈਰੀ ਆ ਤਾਂ ਖਰਚੇ ਕਾਫੀ ਆ ਜਾਂਦੇ ਨੇ ਤਾਂ ਡੇਲਲੀ ਚ ਇੰਨੇ ਖਰਚੇ ਕਰਨੇ ਉਤੋਂ ਮਤਲਬ ਵੀ ਹੋਰ ਚੀਜ਼ਾਂ ਕਰਨੀਆਂ ਥੋੜਾ ਔਖਾ ਹੋ ਜਾਂਦਾ ਠੀਕ ਹੈ ਜੀ ਤਾਂ ਇਹ ਹੀ ਪ੍ਰੋਬਲਮ ਆ ਹੋਰ ਇਹਦੀ ਕੀ ਪ੍ਰੋਬਲਮ ਆ ਲੇਬਰ ਦੀ ਠੀਕ ਆ ਲੇਬਰ ਦੀ ਲਈ ਮਤਲਬ ਵੀ ਜੇ ਤੁਹਾਡਾ ਫਾਰਮ ਛੋਟਾ ਨਾ ਤੁਹਾਡੇ ਕੋਲ ਐਨੀ ਮਸ਼ੀਨਰੀ ਨਹੀਂ ਹੋਊਗੀ ਤੁਹਾਡੇ ਕੋਲ ਟੀਆ ਮਾਰ ਨਹੀਂ ਹੋਊਗੀ ਟੀਐਮਰ ਕਿਹੜੀ ਹੁੰਦੀ ਹੈ ਜਿਹੜੀ ਖੁਰਲਿਆਂ ਚ ਕੱਖ ਪਾਦੀ ਜਾਂਦੀ ਹੁੰਦੀ ਹੈ ਮਸ਼ੀਨ ਠੀਕ ਆ ਉਹ ਨਹੀਂ ਹੋਊਗੀ ਸਟਾਰਟਿੰਗ ਚ ਮਿਲਕਿੰਗ ਮਸ਼ੀਨਸ ਨਹੀਂ ਹੋਣਗੀਆਂ ਠੀਕ ਆ ਕੱਖ ਵੱਢਣ ਵਾਸਤੇ ਮਸ਼ੀਨ ਨਹੀਂ ਹੋਊਗੀ ਤਾਂ ਤੁਹਾਨੂੰ ਲੇਬਰ ਦੀ ਲੋਡ ਪਾਉਗੇ ਕੱਖ ਖੇਤ ਚ ਵੱਢਣ ਵਾਸਤੇ ਟੋਕਾ ਕਰਨ ਵਾਸਤੇ ਇਹਨਾਂ ਨੂੰ ਪਾਉਣ ਵਾਸਤੇ ਧਾਰਾਂ ਗੱਢਣ ਵਾਸਤੇ ਤਾਂ ਲੇਬਰ ਅੱਜਕੱਲ ਡੇਰੀ ਫਾਰਮ ਸੇ ਕੰਮ ਕਰਕੇ ਬਹੁਤ ਘੱਟ ਰਾਜ਼ੀ ਆ ਸਪੈਸ਼ਲੀ ਆਪਣੇ ਮਤਲਬ ਵੀ ਪੰਜਾਬ ਹਰਿਆਣਾ ਦੇ ਏਰੀਆ ਚ ਜਿਹੜੇ ਉਧਰ ਰਾਜਸਥਾਨ ਵਗੈਰਾ ਨੇ ਸ਼ਾਇਦ ਉਧਰ ਸੂਰਤ ਵਗੈਰਾ ਨੇ ਹੋਰ ਨੇ ਜਿਹੜੇ ਏਰੀਆਸ ਚ ਬੰਦੇ ਬਹੁਤ ਨੇ ਵਰਕਫੋਰਸ ਜਿਆਦੇ ਆ ਠੀਕ ਹੈ ਉਥੇ ਸ਼ਾਇਦ ਈਜ਼ੀਲੀ ਮਿਲਦੀ ਹੋਵੇ ਬਟ ਆਪਣੇ ਇਥੇ ਬੰਦੇ ਡੇਰੀ ਫਾਰਮ ਚ ਕੰਮ ਕਰਕੇ ਬਹੁਤ ਘੱਟ 라ਜ਼ੀ ਨੇ ਬਹੁਤ ਘੱਟ ਬੰਦੇ ਮਤਲਬ ਵੀ ਮਿਲਦੇ ਨੇ ਇਹ ਚੀਜ਼ਾਂ ਵਾਸਤੇ ਲੱਭਣੇ ਪੈਂਦੇ ਨੇ ਮਹਿੰਗਾ ਰੇਟ ਦੇਣਾ ਪੈਂਦਾ ਸਪੈਸ਼ਲੀ ਤੁਹਾਨੂੰ ਧਾਰਾਂ ਵਾਲੇ ਬੰਦੇ ਚਾਹੀਦੇ ਨੇ ਜਿਹੜੇ ਮਤਲਬ ਵੀ ਵਧੀਆ ਧਾਰਾਂ ਕੱਢਦੇ ਹੋਣ ਕਿਉਂਕਿ ਜੇ ਬੰਦਾ ਪ੍ਰੋਪਰ ਧਾਰਾ ਨਹੀਂ ਕੱਢ ਰਿਹਾ ਦੁੱਧ ਛੱਡ ਰਿਹਾ ਤੁਸੀਂ ਫਿਰ ਵੀ ਲੌਸ 'ਚ ਜਾਓਗੇ ਹਲੇ ਆਪਣੇ ਕੋਲ ਪਰਫੈਕਟ ਵਰਕਰਸ ਨਹੀਂ ਹੈਗੇ ਬਟ ਕੰਮ ਚੱਲ ਰਿਹਾ ਕੋਈ ਚੈੱਕ ਕਰਨੀ ਠੀਕ ਆ ਤਾਂ ਇਹ ਲੇਬਰ ਦੀ ਪ੍ਰੋਬਲਮ ਤੁਹਾਨੂੰ ਬਹੁਤ ਆਊਗੀ ਉਹ ਤੋਂ ਬਾਅਦ ਜਦ ਤੁਸੀਂ ਮਤਲਬ ਵੀ ਸਟਾਰਟਿੰਗ ਕਰੋਗੇ ਨਾ ਦੁੱਧ ਘੱਟ ਹੋਊਗਾ ਤਾਂ ਤੁਸੀਂ ਆਪਣੀ ਦੁਕਾਨ ਤੇ ਨਹੀਂ ਵੇਚ ਸਕਦੇ ਠੀਕ ਆ 10 ਕਿਲੋ ਨੂੰ 20 ਕਿਲੋ ਨੂੰ 50 ਕਿਲੋ ਨੂੰ ਤੁਸੀਂ ਆਪਣੀ ਦੁਕਾਨ ਤੇ ਕਿਵੇਂ ਵੇਚੋਗੇ ਤਾਂ ਰੇਟ ਜੇ ਤੁਸੀਂ ਡੈਰੀ ਚ ਪਾਉਂਦੇ ਹੋ ਰੇਟ ਘੱਟ ਮਿਲਦਾ ਠੀਕ ਹੈ ਜੇ ਤੁਸੀਂ ਸ਼ਹਿਰ ਜਾ ਕੇ ਘਰਾਂ ਚ ਪਾਉਂਦੇ ਹੋ ਤਾਂ ਕਈ ਵਾਰ ਪੇਮੈਂਟ ਦਾ ਰੌਲਾ ਹੁੰਦਾ ਜਦ ਥੋੜਾ ਕੰਮ ਵੱਡਾ ਹੋ ਜਾਂਦਾ ਉਹ ਤੋਂ ਬਾਅਦ ਆਪਾਂ ਆਪਣੀ ਦੁਕਾਨ ਖੋਲ ਸਕਦੇ ਜਾਂ ਤੁਹਾਡੇ ਕੋਲ ਸਪੋਸ ਕਰੋ 1 ਕਵਾਂਟਲ ਦੁੱਧ ਹੋ ਗਿਆ ਇੱਕ ਟਾਈਮ ਦਾ ਜਾਂ 50 ਕਿਲੋ ਵੀ ਹੋ ਗਿਆ ਉਦੋਂ ਤੁਸੀਂ ਆਪਣੀ ਦੁਕਾਨ ਖੋਲ ਸਕਦੇ ਸਭ ਕੁਝ ਕਰ ਸਕਦੇ ਹੋ ਉਹ ਤੋਂ ਪਹਿਲਾਂ ਅਸੀਂ ਵੀ ਥੋੜਾ ਟਾਈਮ ਡੈਰੀ 'ਚ ਪਾਇਆ ਤਾਂ ਇਹਦੀ ਜਰਨੀ ਡੈਰੀ ਫਾਰਮ ਦੀ ਜਰਨੀ ਥੋੜੀ ਲਾਸ ਤੋਂ ਸਟਾਰਟ ਹੋ ਕੇ ਫਿਰ ਪ੍ਰੋਫਿਟ ਵੱਲ ਜਾਂਦੀ ਹੁੰਦੀ ਆ ਠੀਕ ਹੈ ਕਿਉਂਕਿ ਮੈਂ ਇਸਨੇ ਆਪਣਾ ਖਰਚਾ ਕੱਢ ਕੇ ਤਾਂ ਤੁਹਾਨੂੰ ਦੇ ਦੇਣਾ ਬਟ ਜਦ ਕੋਈ ਡਰਾਈ ਹੋ ਗਈ ਹੋਰ ਹੋ ਗਏ ਤਾਂ ਉਹਨੂੰ ਖਵਾਣਾ ਵੀ ਪੈ ਜਾਂਦਾ ਤਾਂ ਕਈ ਵਾਰ ਇਹ ਲਾਸਸਿਸ ਚੋਂ ਨਿਕਲ ਕੇ ਇਹਦੀ ਜਰਨੀ ਜਾਂਦੀ ਆ ਜਿਵੇਂ ਅਰ ਜਦੋਂ ਆਪਾਂ ਡੇਰੀ ਚ ਪਾਉਂਦੇ ਹੁੰਦੇ ਸੀਗੇ ਵੀਟਾ ਦੀ ਡੇਰੀ ਚ ਪਾਉਂਦੇ ਹੁੰਦੇ ਸੀਗੇ ਐਵਰੇਜ ਲੱਗਦੇ ਹੁੰਦੇ ਸੀਗੇ 40 ਰੁਪਏ ਲੀਟਰ ਠੀਕ ਆ ਦੁੱਧ ਦੀ ਹੁਣ ਆਪਾਂ ਆਪਣੀ ਦੁਕਾਨ ਤੇ ਵੇਚਦੇ ਆ ਉਹ 3 ਸਾਲ ਪਹਿਲਾਂ ਦੀ ਗੱਲ ਆ ਵੈਸੇ ਹੁਣ ਆਪਣੀ ਦੁਕਾਨ ਤੇ ਵੇਚਦੇ ਆ ਤਾਂ 70 ਰੁਪਏ ਕਿਲੋ ਵੇਚਦੇ ਆ 70 ਰੁਪਏ ਲੀਟਰ ਠੀਕ ਹੈ ਤਾਂ ਤੁਸੀਂ ਦੇਖ ਲਓ 30 ਰੁਪਏ ਆਪਾਂ ਇਹੀ ਵਧਾ ਕੇ ਤੇ 30 ਰੁਪਏ ਆਪਾਂ ਨੂੰ ਪਹਿਲਾਂ ਘੱਟ ਮਿਲ ਰਹੇ ਸੀਗੇ ਤਾਂ ਜਰਨੀ ਸਟਾਰਟ ਲੌਸਿਸ ਤੋਂ 20 ਹੋਊਗੀ ਤੁਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਵੀ ਮੈਂ ਹਮੇਸ਼ਾ ਪ੍ਰੋਫਿਟ 'ਚ ਹੀ ਰਹਾ ਤੇ ਬਹੁਤ ਪ੍ਰੋਫਿਟ 'ਚ ਰਹਾ ਲਾਸਸਸ ਜੋ ਨਿਕਲ ਕੇ ਤੁਸੀਂ ਇਕੁਅਲ ਹੋਂਗੇ ਇਕੁਅਲ ਤੋਂ ਫਿਰ ਉੱਤੇ ਜਾਓਗੇ ਫਿਰ ਤੁਸੀਂ ਪ੍ਰੋਫਿਟ 'ਚ ਜਾਓਗੇ ਫਿਰ ਤੁਸੀਂ ਬਹੁਤ ਪ੍ਰੋਫਿਟ 'ਚ ਜਾਓਗੇ ਤਾਂ ਇਹ ਜਰਨੀ ਆਏ ਚੱਲੂਗੀ ਜੇ ਤੁਸੀਂ ਸੋਚਦੇ ਹੋਵੇਂ ਬਸ ਮੈਂ ਮਹਿਸਾਂ ਪਾਲਾਂ ਤੇ ਮੈਂ ਕਰੋੜਪਤੀ ਬਣ ਜੂਗਾ ਦੁੱਧ ਵੇਚ ਕੇ ਆਈ ਜਾ ਕੁਛ ਨਹੀਂ ਹੋਊਗਾ ਠੀਕ ਹੈ ਤਾਂ ਇਹ ਚੀਜ਼ ਦਾ ਬਹੁਤ ਧਿਆਨ ਰੱਖਿਓ ਉਹ ਤੋਂ ਬਾਅਦ ਐਕਸਪੀਰੀਅੰਸ ਲਾਈਕ ਮੇਸਾ ਦਾ ਇੱਕ ਹੀ ਕੰਮ ਮੈਨੂੰ ਯਾਰ ਕੰਮ ਸਟਾਰਟ ਕਰਨ ਤੋਂ ਪਹਿਲਾਂ ਨਾ ਇਹ ਵੀ ਨਹੀਂ ਪਤਾ ਹੁੰਦਾ ਸੀਗਾ ਵੀ ਮੈਂ ਸਿਰਫ ਮਤਲਬ ਹੀ ਸੂਣ ਤੋਂ ਬਾਅਦ ਦੁੱਧ ਦਊਗੀ ਤੇ ਫਿਰ ਉਹਨੂੰ ਦਵਾ ਤੋਂ ਪ੍ਰੈਗਨੈਂਟ ਕਰਵਾਉਣਾ ਪਊਗਾ ਫਿਰ ਜਦੋਂ ਬੇਬੀ ਲਾਊਗੀ ਬੱਚੇ ਲਾਊਗੀ ਫਿਰ ਉਹ ਦੁੱਧ ਦਊਗੀ ਮੈਨੂੰ ਲੱਗਦਾ ਹੁੰਦਾ ਸੀਗਾ ਪੂਰੀ ਲਾਈਫ ਉਹ ਦੁੱਧ ਦੇਈ ਚਾਊਗੀ ਠੀਕ ਹੈ ਤਾਂ ਡੇਰੀ ਫਾਰਮਿੰਗ ਦੇ ਵਿੱਚ ਤੁਹਾਡਾ ਕੰਮ ਇਸ ਚੀਜ਼ ਤੇ ਬਹੁਤ ਡਿਪੈਂਡੈਂਟ ਆ ਵੀ ਤੁਹਾਡੇ ਐਨੀਮਲਸ ਪ੍ਰੈਗਨੈਂਟ ਟਾਈਮ ਤੇ ਹੋ ਰਹੇ ਨੇ ਟਾਈਮ ਤੇ ਸੂਰੇ ਨੇ ਠੀਕ ਨੇ ਹੈਲਦੀ ਨੇ ਜਾਂ ਨਹੀਂ ਹੈਗੇ ਬੱਚੇ ਹੈਲਦੀ ਨੇ ਬੱਚੇ ਮਤਲਬ ਵੀ ਕਿਵੇਂ ਗrow ਕਰ ਰਹੇ ਨੇ ਸਭ ਕੁਝ ਆ ਠੀਕ ਹੈ ਤਾਂ ਉਹ ਚੀਜ਼ ਆਪਣੇ ਨਾਲ ਐਕਸਪੀਰੀਅੰਸ ਨਾਲ ਆਊਗੀ ਹੁਣ ਜੇ ਤੁਹਾਡੇ ਕੋਲ ਸਪੋਜ਼ ਕਰੋ 100 ਪਸ਼ੂ ਨੇ ਬਟ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਹੀਂ ਕਾ ਤੇ 100 ਚੋਂ ਅਗਲੀ ਵਾਰ ਸਿਰਫ 20 ਪ੍ਰੈਗਨੈਂਟ ਹੋਏ ਆ 30 ਪ੍ਰੈਗਨੈਂਟ ਹੋਏ 70 ਖਾਲੀ ਖੜੇ ਨੇ ਤਾਂ ਉਹ ਲਾਸਸ ਚ ਜਾਊਗਾ ਬਟ ਐਕਸਪੀਰੀਅੰਸ ਆਣ ਵਾਸਤੇ ਟਾਈਮ ਲੱਗਦਾ ਠੀਕ ਹੈ ਤਾਂ ਤੁਹਾਨੂੰ ਥੋੜਾ ਜਿਹਾ ਨਿਕਲਣਾ ਪਊਗਾ ਇਹ ਚੀਜ਼ਾਂ ਤੋਂ ਮੁਸ਼ਕਲਾਂ ਆਣਗੀਆਂ ਆ ਉਹ ਖਾਊਗੀ ਤੁਸੀਂ ਨਹੀਂ ਐਕਸਪੈਕਟ ਕਰ ਸਕਦੇ ਥਿਉਰੈਟਿਕਲ ਨੋਲੇਜ ਤੁਹਾਡੀ ਪ੍ਰੈਕਟੀਕਲ ਨੋਲੇਜ ਨਾਲ ਨੇ ਮੁਕਾਬਲਾ ਕਰਦੀ ਤੁਸੀਂ ਜਿੰਨਾ ਮਰਜੀ ਥਿਉਰੀ ਕੀਤੀ ਹੋਵੇ ਜਿੰਨੇ ਮਰਜੀ ਡਿਗਰੀ ਕੀਤੀ ਹੋਵੇ ਜਿੰਨਾ ਮਰਜੀ ਡਿਪਲੋਮਾ ਕੀਤਾ ਹੋਵੇ ਜਿੰਨਾ ਮਰਜੀ ਸਰਟੀਫਿਕੇਸ਼ਨ ਕੀਤੀ ਹੋਵੇ ਅਸਲੀ ਦੁਨੀਆ ਕਿਤਾਬੀ ਦੁਨੀਆ ਤੋਂ ਬਹੁਤ ਮਤਲਬ ਵੀ ਦੂਰ ਆ ਠੀਕ ਹੈ ਅਸਲੀ ਦੁਨੀਆ ਦਾ ਐਕਸਪੀਰੀਅੰਸ ਤੁਹਾਨੂੰ ਅਸਲੀ ਦੁਨੀਆ ਚ ਆ ਕੇ ਹੀ ਆਊਗਾ ਤਾਂ ਇਹਦਾ ਪ੍ਰੋਬਲਮ ਬਹੁਤ ਨੇ ਮੈਸਾਂ ਦੀ ਹੈਲਥ ਹੋਏ ਰਦੀ ਮਤਲਬ ਪ੍ਰੈਗਨੈਂਸੀ ਦੀ ਕਾਫੀ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਉਹ ਤੋਂ ਬਾਅਦ ਮਤਲਬ ਵੀ ਕਟਰੂਆਂ ਦੀ ਹੈਲਥ ਦੀ ਕਾਫੀ ਪ੍ਰੋਬਲਮਸ ਆ ਜਾਂਦੀਆਂ ਬਟ ਉਹ ਬੰਦਾ ਦੂਰ ਕਰਦਾ ਰਹਿੰਦਾ ਬਟ ਉਹ ਤੋਂ ਬਾਅਦ ਐਕਸਪੀਰੀਅੰਸ ਤੋਂ ਬਾਅਦ ਸਟਾਰਟਿੰਗ 'ਚ ਤੁਸੀਂ ਇਹ ਨਹੀਂ ਐਕਸਪੈਕਟ ਕਰ ਸਕਦੇ ਵੀ ਮੈਂ ਬਸ ਮੈਸਾਂ ਲੈ ਕੇ ਦੇਤੀਆਂ ਤੇ ਹੁਣ ਇਹ ਕਮਾਕ ਮਾਕੇ ਦੇਈ ਜਾਣਗੇ ਇਹਨਾਂ ਦਾ ਖਿਆਲ ਰੱਖਣਾ ਪੈਣਾ ਇਹਨਾਂ ਨੂੰ ਪ੍ਰੈਗਨੈਂਟ ਕਰਵਾਉਣਾ ਪੈਣਾ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਪੈਣਾ ਸਭ ਕੁਝ ਕਰਨਾ ਪੈਣਾ ਉਹ ਤੋਂ ਬਾਅਦ ਹੀ ਆਪਣਾ ਕੰਮ ਪ੍ਰੋਫਿਟੇਬਲ ਹੋਊਗਾ ਠੀਕ ਹੈ ਤਾਂ ਇਹ ਬਹੁਤ ਬੜੀ ਪ੍ਰੋਬਲਮ ਆਉਂਦੀ ਆ ਐਕਸਪੀਰੀਅੰਸ ਦੀ ਕਮੀ ਦੀ ਠੀਕ ਹੈ ਤਿੰਨ ਚਾਰ ਸਾਲ ਦਾ ਤੁਹਾਨੂੰ ਐਕਸਪੀਰੀਅੰਸ ਆਉਣ ਦੀ ਲੱਗ ਜਾਣਗੇ ਉਹ ਤੋਂ ਬਾਅਦ ਥੋੜੇ ਕਮ ਈਜ਼ੀ ਹੋਊਗਾ ਤਾਂ ਜੇ ਤੁਸੀਂ ਸੋਚਦੇ ਹੋ ਨਾ ਪਹਿਲੇ ਸਾਲ ਚ ਬਸ ਪਸ਼ੂ ਪਾ ਕੇ ਲੋਨ ਲੈ ਕੇ ਮੈਂ ਫਾਰਮ ਬਣਾ ਕੇ ਬਸ ਕਰੋੜ ਰੁਪਏ ਦੀ ਬਣ ਜਾਊਗਾ ਉਹ ਚੀਜ਼ ਨਹੀਂ ਹੋਣੀ ਠੀਕ ਹੈ ਟਾਈਮ ਲੱਗੂਗਾ ਸਬਰ ਲੱਗੂਗਾ ਲਾਸਸਿਜ਼ ਚੋਂ ਨਿਕਲ ਕੇ ਅੱਗੇ ਜਾਓਗੇ ਹੋਰ ਜਾਓਗੇ ਉਹ ਤੋਂ ਬਾਅਦ ਜਦ ਆਪਾਂ ਇਹਨੂੰ ਗਰੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨਾ ਹੁਣ ਆਪਾਂ ਆਪਣੇ ਕੋਲ ਪੰਜਾਬ ਮੈਸਾਂ ਵੀ ਨੇ ਠੀਕ ਹੈ ਇਹਨਾਂ ਚੋਂ ਮਿਲਕਿੰਗ ਮੈਸਾਂ ਵੀ ਨੇ ਡਰਾਈ ਤੇ 50 ਕੱਟਰੂ ਨੇ ਠੀਕ ਹੈ 100 ਐਨੀਮਲ ਨੇ ਤਾਂ ਆਪਣੇ ਕੋਲ ਕਮਾਈ ਵਾਲੇ ਘੱਟ ਪਸ਼ੂ ਨੇ ਖਾਣ ਵਾਲੇ ਜ਼ਿਆਦਾ ਪਸ਼ੂ ਨੇ ਤਾਂ ਇਹਦਾ ਖਰਚਾ ਵੀ ਕਈ ਵਾਰ ਪਾਕਟ ਚੋਂ ਦੇਣਾ ਪੈ ਜਾਂਦਾ ਠੀਕ ਹੈ ਬਟ ਇਹ ਇਨਵੈਸਟਮੈਂਟ ਆ ਇਹ ਮਤਲਬ ਵੀ ਜਦੋਂ ਕੱਟੀਆਂ ਬੜੀਆਂ ਹੋ ਜਾਣੀਆਂ ਮੈਸਾਂ ਬਣ ਜਾਣਗੀਆਂ ਤਾਂ 100 ਮੈਸਾਂ ਦਾ ਫਾਰਮ ਆਪਣਾ ਆਟੋਮੈਟਿਕਲੀ ਬਣ ਜਾਊਗਾ ਕਿਉਂਕਿ ਆਪਾਂ 50 ਕੱਟਰੂ ਪਾਲ ਰਹੇ ਹਾਂ ਠੀਕ ਆ ਬਟ ਇਹਨਾਂ ਨੂੰ ਪਾਲਣ ਵਾਸਤੇ ਪੈਸੇ ਵੀ ਕਈ ਵਾਰ ਜੇਬ ਚੋਂ ਲਗਾਣੇ ਪੈਂਦੇ ਨੇ ਤਾਂ ਇਹੀ ਆ ਵੀ ਇਹਦਾ ਨਾ ਥੋੜਾ ਸਬਰ ਦਾ ਕੰਮ ਆ ਡੇਰੀ ਫਾਰਮਿੰਗ ਦਾ ਜੇ ਤੁਸੀਂ ਇਹਨੂੰ ਬਹੁਤ بڑا ਬਿਜ਼ਨਸ ਬਣਾੜਾ ਜੇ ਮੈਂ ਇਹਦੀ ਗ੍ਰੋਥ ਰੋਕਣੀ ਹੋਵੇ ਹੁਣ ਇਹਨੂੰ ਕੱਟ ਆਫ ਕਰਨਾ ਹੋਵੇ ਠੀਕ ਆ ਦੁੱਧ ਮੈਂ ਵੇਚੀ ਜਾਵਾਂ ਕੱਟੀਆਂ ਮੈਂ ਵੇਚਣ ਲੱਗ ਜਾ ਤਾਂ ਮੈਂ ਬਹੁਤ ਪੈਸਾ ਕਮਾ ਸਕਦਾ ਹ ਮੈਂ ਸਾਰੇ ਜਾਣਾ 2000 ਤੇ ਜਾਣਾ 5000 ਤੇ ਜਾਣਾ ਤਾਂ ਮੈਨੂੰ ਆਪ ਦੇ ਮਤਲਬ ਵੀ ਕੱਟੀਆਂ ਵਗੈਰੇ ਤਿਆਰ ਕਰਨੀਆਂ ਪੈਣੀਆਂ ਨੇ ਤੇ ਉਹਨਾਂ ਨੂੰ ਖਲਾਣ ਵਾਸਤੇ ਕਈ ਵਾਰ ਜੇਬ ਚੋਂ ਪੈਸੇ ਲੱਗਦੇ ਹੁੰਦੇ ਨੇ ਠੀਕ ਹੈ ਉਹ ਤੋਂ ਬਾਅਦ ਇਹਦਾ ਮਤਲਬ ਵੀ ਇਹਨੂੰ ਬਿਜ਼ਨਸ ਸਾਈਡ 'ਚ ਲੈ ਕੇ ਜਾਣਾ ਜ਼ਰੂਰੀ ਆ ਜੇ ਤੁਹਾਨੂੰ ਨੌਲੇਜ ਨਹੀਂ ਹੈਗੀ ਵੀ ਇਹਨੂੰ ਬਿਜ਼ਨਸ ਕਿਵੇਂ ਬਣਾਉਣਾ ਤਾਂ ਵੀ ਤੁਹਾਨੂੰ ਬਹੁਤ ਪ੍ਰੋਬਲਮ ਆਊਗੀ ਜੇ ਤੁਸੀਂ ਮਤਲਬ ਵੀ ਡੈਰੀ ਚ ਪਾ ਰਹੇ ਹੋ ਐਗਜ਼ਾਮਪਲ ਤੁਹਾਡੇ ਸਾਹਮਣੇ ਯਾਰ ਅਸੀਂ ਡੈਰੀ ਚ ਪਾ ਰਹੇ ਸੀਗੇ 40 ਰੁਪਏ ਕਿਲੋ ਉਦੋਂ ਬਿਜ਼ਨਸ ਦੀ ਨੌਲੇਜ ਘੱਟ ਸੀਗੀ ਫਿਰ ਆਪ ਦੀ ਦੁਕਾਨ ਕਰ ਲਈ ਸਭ ਕੁਝ ਕਰ ਲਿਆ ਆਪ ਮਠਾਈਆਂ ਬਣਾਉਣ ਲੱਗੇ ਹੁਣ 70 ਰੁਪਏ ਆਪਾਂ ਵੇਚ ਰਿਹਾ ਐਵਰੇਜ 80 ਰੁਪਏ ਆ ਜਾਂਦੀ ਹੁਣੀ ਮਠਾਈਆਂ ਵਗੈਰਾ ਸਭ ਕੁਝ ਲਗਾ ਕੇ ਠੀਕ ਹੈ ਤਾਂ ਹੁਣ ਬਿਜ਼ਨਸ ਦੀ ਨੌਲੇਜ ਕਰਕੇ ਅੱਧੋ-ਅੱਧਾ ਦਾ ਫਰਕ ਪੈ ਗਿਆ ਕਿਤੇ 40 ਰੁਪਏ ਕਿਤੇ 80 ਰੁਪਏ ਤਾਂ ਤੁਹਾਨੂੰ ਬਿਜ਼ਨਸ ਦੀ ਨੌਲੇਜ ਹੋਣੀ ਵੀ ਬਹੁਤ ਜ਼ਰੂਰੀ ਆ ਤੁਸੀਂ ਇਹ ਨਹੀਂ ਐਕਸ ਉਹਾਂਗਾ ਜਾਂ ਬੀਟਰ ਨੂੰ ਦਊਂਗਾ ਜਾਂ ਵੇਰਕਨ ਨੂੰ ਦਊਂਗਾ ਜਾਂ ਅੰਬੂਲ ਨੂੰ ਦਊਂਗਾ ਤੇ ਮੈਂ ਕਰੋੜਪਤੀ ਬਣ ਜਾਊਂਗਾ ਉਹਦੇ 'ਚ ਬਹੁਤ ਘੱਟ ਤੁਹਾਨੂੰ ਬਚੂਗਾ ਜੇ ਤੁਸੀਂ ਬਿਜ਼ਨਸ ਤੇ ਨੌਲੇਜ ਰੱਖਦੇ ਹੋ ਇਹਨੂੰ ਬਿਜ਼ਨਸ ਬਣਾਉਂਦੇ ਹੋ ਆਪ ਦੇ ਗਾਹਕ ਲਗਾਨਦੇ ਹੋ ਆਪ ਦੀ ਦੁਕਾਨ ਖੋਲ੍ਹਦੇ ਹੋ ਆਪ ਪੈਕੇਜਿੰਗ 'ਚ ਜਾਣਦੇ ਹੋ ਹੋਰ ਜਾਣਦੇ ਹੋ ਤਾਂ ਇਹਨੂੰ ਬੜਾ ਬਿਜ਼ਨਸ ਬਣਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਨਹੀਂ ਬੜਾ ਬਿਜ਼ਨਸ ਬਣਾ ਸਕਦੇ ਨਹੀਂ ਤੁਹਾਨੂੰ ਬਹੁਤ ਮਤਲਬੀ ਘੱਟ ਕਮਾਈ ਹੋਊਗੀ ਠੀਕ ਹੈ ਅਧੂਆ ਦਾ ਫਰਕ ਆ ਯਾਰ ਤੁਸੀਂ ਲਾ ਲਓ ਕਿਤੇ ਤਾਂ 100 ਰੁਪਏ ਬਚਣੇ ਕਿਤੇ 200 ਰੁਪਏ ਬਚਣੇ ਕਿਤੇ ਹਜ਼ਾਰ ਕਿਤੇ 2000 ਕਿਤੇ ਲੱਖ ਕਿਤੇ 2 ਲੱਖ ਤਾਂ ਬਹੁਤ ਫਰਕ ਆ ਤਾਂ ਇਹ ਚੀਜ਼ਾਂ ਹੈਗੀਆਂ ਨੇ ਲੇਬਰ ਦੀ ਪ੍ਰੋਬਲਮ ਬੰਦੇ ਬਹੁਤ ਚਾਹੀਦੇ ਨੇ ਹੁਣ ਦੁਕਾਨ ਤੇ ਇੱਕ ਆਡ ਬੰਦਾ ਚਾਹੀਦਾ ਖੇਤੀ ਵਾਸਤੇ ਇੱਕ ਆਡ ਬੰਦਾ ਚਾਹੀਦਾ ਡੇਰੀ ਫਾਰਮ ਸੰਭਾਲਣ ਵਾਸਤੇ ਆਡ ਬੰਦਾ ਚਾਹੀਦਾ ਡਾਕਟਰ ਦੀ ਅਵੇਲੇਬਿਲਟੀ 24 ਘੰਟੇ ਚਾਹੀਦੀ ਹੈ بڑے ਫਾਰਮ ਵਾਸਤੇ ਠੀਕ ਹੈ ਡਾਕਟਰ ਐਕਸਪੀਰੀਐਂਸਡ ਹੋਣੇ ਚਾਹੀਦੇ ਨੇ ਤਾਂ ਉਹ ਵੀ ਕਾਫੀ ਪ੍ਰੋਬਲਮ ਆਂਦੀ ਹੈ ਵੀ ਕਈ ਵਾਰ ਡਾਕਟਰ ਨਹੀਂ ਮਿਲਦੇ ਐਕਸਪੀਰੀਐਂਸ ਠੀਕ ਹੈ ਹੋਰ ਚੀਜ਼ਾਂ ਮ ਉਹੀ ਹੈ ਵੀ ਮੈਂ ਤੁਹਾਨੂੰ ਇਹਦੀ ਹੁਣ ਨਾ ਥੋੜੀ ਡਾਰਕ ਸਾਈਡ ਦਿਖਾ ਰਿਹਾ ਡਾਰਕ ਸਾਈਡ ਇਨ ਦਾ ਸੈਂਸ ਮਤਲਬ ਵੀ ਪ੍ਰੋਬਲਮਸ ਵਾਲਾ ਪਾਸਾ ਦਿਖਾ ਰਿਹਾ ਤੁਹਾਨੂੰ ਡਰਾ ਨਹੀਂ ਰਿਹਾ ਬਟ ਥੋਸੀ ਅਵੇਅਰ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ ਵੀ ਡੇਰੀ ਫਾਰਮ ਇਹ ਸਭ ਕੁਝ ਸੋਚ ਕੇ ਫਿਰ ਸਟਾਰਟ ਕਰਿਓ ਵੀ ਇੰਨਾ ਸੌਖਾ ਕੰਮ ਨਹੀਂ ਹੈਗਾ ਵੀ ਬੰਦਾ ਕਰਕੇ ਕਰੋੜਪਤੀ ਬਣ ਜਾਏ ਮੇਰਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਪ੍ਰੋਬਲਮਸ ਵੀ ਪਤਾ ਨੇ ਮੈਨੂੰ ਫਾਇਦਾ ਵੀ ਪਤਾ ਬਟ ਮੈਨੂੰ ਫਾਇਦੇ ਵਾਲੀ ਚੀਜ਼ਾਂ ਹੁਣ ਜ਼ਿਆਦਾ ਦੇਖਦੀਆਂ ਨੇ ਪ੍ਰੋਬਲਮਸ ਐਕਸਪੀਰੀਅੰਸ ਨਾਲ ਬੰਦਾ ਦੂਰ ਕਰ ਦਿੰਦਾ ਠੀਕ ਆ ਜੇ ਤੁਸੀਂ ਇਹ ਕੰਮ 'ਚ ਜੇ ਤੁਸੀਂ ਇਹ ਕੰਮ 'ਚ 3 ਸਾਲ ਕੱਟ ਗਏ ਨਾ ਤੁਹਾਨੂੰ ਕਾਫੀ ਐਕਸਪੀਰੀਅੰਸ ਆ ਜਾਊਗਾ 5 ਸਾਲ ਕੱਟ ਗਏ ਤੁਸੀਂ ਵਧੀਆ ਬਣ ਜਾਓਗੇ 10 ਸਾਲ ਕੱਟ ਗਏ ਤੁਸੀਂ ਬੈਸਟ ਬਣ ਜਾਓਗੇ 10 ਸਾਲ ਗਰੋਥ ਨਾ ਠੀਕ ਹੈ ਇਹ ਨਹੀਂ ਹੈਗਾ ਵੀ ਪੰਜ ਪਸ਼ੂਆਂ ਦੀ 10 ਸਾਲ ਬੈਠਿਓ ਤੇ ਤੁਸੀਂ ਕਹਿ ਰਹੇ ਹੋ ਹਲੇ ਮੈਨੂੰ ਐਕਸਪੀਰੀਅੰਸ ਕਿਉਂ ਨਹੀਂ ਆਇਆ ਜਿਵੇਂ ਜਿਵੇਂ ਤੁਸੀਂ ਗਰੋ ਕਰੋਗੇ ਉਹ ਤੁਹਾਡਾ ਐਕਸਪੀਰੀਅੰਸ ਵਧੂਗਾ ਚੀਜ਼ਾਂ ਵਧਣਗੀਆਂ ਫਾਰਮ ਵਧੀਆ ਬਣੂਗਾ ਤਾਂ ਪ੍ਰੋਬਲਮ ਡਾਈਟ ਦੀ ਪ੍ਰੋਬਲਮ ਲੇਬਰ ਦੀ ਪ੍ਰੋਬਲਮ ਪੈਸੇ ਦੀ ਪ੍ਰੋਬਲਮ ਗਰੋਥ ਦੀ ਪ੍ਰੋਬਲਮ ਇਨਵੈਸਟਮੈਂਟ ਦੀ ਪ੍ਰੋਬਲਮ ਲਾਸਸਿਸ ਦੀ ਪ੍ਰੋਬਲਮ ਇਹਨੂੰ ਮਤਲਬ ਵੀ ਟਾਈਮ ਲੱਗਦਾ ਇਹਨੂੰ ਬੜਾ ਕਰਨ ਵਾਸਤੇ ਤੇ ਇਹ ਜੇ ਤੁਸੀਂ ਬੜਾ ਕਰ ਰਹੇ ਹੋ ਇਹ ਥੋੜਾ ਘਰ ਨਹੀਂ ਚਲਾ ਸਕਦਾ ਇਹ ਜਾਂ ਤਾਂ ਆਪਣਾ ਖਰਚੇ ਚ ਚੱਕੂਗਾ ਤੇ ਗਰੋਥ ਕਰੂਗਾ ਜਾਂ ਤੁਹਾਡਾ ਘਰ ਚ ਲਾਊਗਾ ਜਾਂ ਤਾਂ ਤੁਹਾਨੂੰ ਘਰ ਚ ਲਾਉਣ ਵਾਸਤੇ ਐਡ ਪੈਸੇ ਚਾਹੀਦੇ ਨੇ ਜਾਂ ਇਹਨੂੰ ਗਰੋ ਕਰਨ ਵਾਸਤੇ ਐਡ ਪੈਸੇ ਚਾਹੀਦੇ ਨੇ ਉਹ ਤੁਸੀਂ ਹਿਸਾਬ ਲਗਾਉਣਾ ਵੀ ਤੁਹਾਡੇ ਕੋਲ ਕਿੱਥੋਂ ਆਉਣਗੇ ਤਾਂ ਇਹ ਰੀਜ਼ਨ ਨੇ ਸਭ ਕੁਝ ਸੋਚ ਸਮਝ ਕੇ ਸਭ ਕੁਝ ਦੇਖ ਪਰਖ ਕੇ ਫੇਰ ਆਪਣਾ ਡੇਰੀ ਫਾਰਮ ਸਟਾਰਟ ਕਰਿਓ ਪ੍ਰੋਸ ਐਂਡ ਕੌਨਸ ਦੋਨੋਂ ਚੀਜ਼ਾਂ ਦੇਖਿਓ ਤੇ ਮੇਰੇ ਸਾਬ ਨਾਲ ਜੀ ਤੁਸੀਂ ਦੋਨੋਂ ਚੀਜ਼ਾਂ ਦੇਖਦੇ ਹੋ ਨਾ ਤੇ ਤੁਸੀਂ ਲੰਬੀ ਗੇਮ ਸੋਚ ਰਹੇ ਹੋ ਲੰਬੀ ਗੇਮ ਖੇਡਣ ਦੀ ਵੀ 10 20 ਸਾਲ ਮਤਲਬ ਇਹ ਸਾਰੀ ਉਮਰ ਮੈਂ ਇਹੀ ਕੰਮ ਕਰਨਾ ਬੈਸਟ ਕੰਮ ਆ ਇਹ ਤੋਂ ਵਧੀਆ ਕੋਈ ਕੰਮ ਨਹੀਂ ਹੈਗਾ ਬਟ ਜੇ ਤੁਸੀਂ ਸੋਚਦੇ ਹੋ ਮੈਂ ਸ਼ਾਰਟ ਟਰਮ ਮਤਲਬ ਵੀ ਸਾਲ ਜਮੀਰ ਹੋ ਜਾਂ ਦੋ ਸਾਲ ਜਮੀਰ ਹੋ ਜਾਂ ਤਿੰਨ ਸਾਲ ਜਮੀਰ ਸੋ ਜਾ ਫਿਰ ਇਹ ਬਹੁਤ ਗੰਦਾ ਕੰਮ ਆ ਵੈਸੇ ਤੁਹਾਨੂੰ ਕੋਈ ਕੰਮ ਮਿਲਦਾ ਵੀ ਨਹੀਂ ਹੈਗਾ ਦੁਨੀਆ ਤੇ ਐਸੇ ਕੋਈ ਕੰਮ ਨਹੀਂ ਹੈਗੇ ਜਿਹੜਾ ਤੁਹਾਨੂੰ 3 ਸਾਲ ਚ ਕਰੋੜ ਰੁਪਏ ਬਣਾ ਦੇ ਹਰ ਕੰਮ 'ਚ ਟਾਈਮ ਲੱਗਦਾ ਹਰ ਕੰਮ 'ਚ ਬਹੁਤ ਟਾਈਮ ਲੱਗਦਾ ਤੇ ਹਰ ਕੰਮ ਨੂੰ ਤੁਸੀਂ 10 ਸਾਲ ਦੀ ਗੇਮ ਸਮਝ ਕੇ ਜੇ ਖੇਡਦੇ ਹੋ ਤਾਂ ਹੀ ਕਾਮਯਾਬ ਹੋ ਸਕਦੇ ਹੋ ਨਹੀਂ ਤਾਂ ਨਹੀਂ ਹੋ ਸਕਦੇ ਤਾਂ ਹੀ ਆਪਣੀ ਅੱਜ ਦੀ ਵੀਡੀਓ ਸੀਗੀ ਤੁਹਾਨੂੰ ਡੇਰੀ ਫਾਰਮ ਕਿਉਂ ਨਹੀਂ ਸਟਾਰਟ ਕਰਨਾ ਚਾਹੀਦਾ ਵਧੀਆ ਲੱਗੀ ਲਾਈਕ ਕਰਦੇ ਹੋ ਥੋੜੀ ਕੋਈ ਕੁਐਸਚਨਸ ਨੇ ਪੁੱਛ ਲਿਓ ਕਮੈਂਟਸ ਚ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ ਥੈਂਕ ਯੂ